ਜੋ ਗਲਤ ਕੰਮ ਕਰਦੀ ਆ ਮੈਨੂੰ ਉੱਚੀ ਉੱਚੀ ਆਵਾਜ਼ ਕੱਢਾਂਗੀ। ਇਹਨਾਂ ਦੇ ਘਰੇ ਗੱਲ ਨੀ, ਮੈਂ ਗਲਤ ਕੰਮ ਕਰਦੀ ਆ, ਮੈਨੂੰ ਪਤਾ ਉਹਦੀ ਮੰਮੀ ਥੱਲੇ ਆ, ਤੇ ਮੈਂ ਐਡੀ ਐਡੀ ਉੱਚੀ ਆਵਾਜ਼ ਕਰਾਂਗੀ, ਮੈਂ ਕਹਾਂਗੀ ਨਾ ਹੌਲੀ 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 ਹੌਲੀ। ਹਾਂ ਜੇ ਅਗਰ ਇਹਨੇ ਸਾਨੂੰ ਦੇਖਿਆ, ਮੈਨੂੰ ਅਰਫ ਨੰਗੀ ਨੇ ਦੇਖਿਆ ਜਾਂ ਉਹਨੂੰ ਮੁੰਡੇ ਨੇ ਦੇਖਿਆ, ਇਹ ਸਾਡੇ ਥੱਪੜੀ ਮਾਰਦੇ ਉਸੇ ਟਾਈਮ ਵੀਡੀਓ ਬਣਾਉਂਦੀ। ਇਹ ਨਾ ਜਦੋਂ ਮੈਂ ਪੌੜੀਆਂ ਚੜੀ ਆ, ਇਹਨੇ ਪੌੜੀਆਂ ਪੈਰਾਂ ਦੀ ਆਵਾਜ਼ ਸੁਣ ਕੇ ਨਾ ਇਹ ਉੱਥੋਂ ਨੱਠ ਕੇ ਇੱਥੇ ਆ ਗਈ ਫਟਾਫਟ। ਤੇ ਆ ਮੁੰਡਾ ਇੱਥੇ ਪਰਦੇ ਦੇ ਉੱਲੇ ਏਦਾਂ ਪਰਦੇ ਦੇ ਉੱਲੇ ਆਪਣਾ ਜੋ ਵੀ ਕਰ ਰਿਹਾ, ਠੀਕ ਆ। ਉਹ ਬੰਦਾ ਕਿੰਨੀ ਦੇਰ ਬਾਅਦ ਆਪਣੀ ਹਾਲਤ ਵਿੱਚ ਆਉਂਦਾ ਆ, ਠੀਕ ਆ। ਮੈਂ ਉਸ ਹਾਲਤ ਵਿੱਚ ਇਹਨੂੰ ਦੇਖਿਆ। ਗੱਲ ਕੁਛ ਨਹੀਂ, ਮੈਂ ਕਿਰਾਏ ਤੇ ਰੱਖੇ ਹੋਏ ਆ ਮੰਤਾ, ਉੱਪਰ ਗਲਤ ਕੰਮ ਕਰਦੇ ਪਏ ਸੀ। ਇਹਦਾ ਮਤਲਬ ਇਹ ਥੋੜੋ ਵਾ ਵੀ ਜੇ ਮੈਂ ਤੈਨੂੰ ਰੱਖ ਲਿਆ ਆ ਜਾਂ ਤੂੰ ਰਹਿਣੀ ਪਈ ਆ ਤੇ ਤੂੰ ਰੰਗ ਬਿਰੰਗੇ ਬੁਲਾ ਬੁਲਾ ਕੇ ਤੇ ਆਹ ਕੰਮ ਕਰੇਂਗੀ। ਉੱਪਰ ਜਾ ਕੇ ਦੇਖ ਕੇ ਆ ਪਰਦਾ ਸਾਰਾ ਗੰਦਾ ਹੋਇਆ ਪਿਆ। ਜਦੋਂ ਉਹਨੇ ਮੇਰੇ ਪੈਰਾਂ ਦੀ ਆਵਾਜ਼ ਸੁਣੀ ਨਾ ਤੇ ਉਹ ਨੱਠ ਕੇ ਬੈੱਡ ਦੇ ਉੱਪਰ ਨੂੰ ਚਲੀ ਗਈ, ਤੇ ਉਹ ਮੁੰਡਾ ਪਰਦੇ ਦੇ ਉੱਲੇ ਹੋ ਗਿਆ। ਪਰਦੇ ਦੇ ਨਾਲ ਹੋ ਕੇ ਉਹਨੇ ਗੰਦ ਮੰਦ ਸਾਰਾ ਪਰਦੇ ਦੇ ਨਾਲ ਸਾਫ਼ ਕੀਤਾ। ਪਹਿਲਾਂ ਵੀ ਇੱਕ ਇਹਨੇ ਮੰਤ ਰੱਖਿਆ ਸੀ, ਉਹਨੇ ਇੱਥੋਂ ਪੌੜੀ ਲਵਾ ਲਈ ਸੀ। ਅੱਛਾ, ਪਹਿਲਾਂ ਵੀ ਹੋਇਆ ਹੈ, ਇੱਕ ਵਾਰੀ ਨਹੀਂ ਹੋਇਆ, ਬੜੀ ਵਾਰੀ ਹੋਇਆ। ਪੌੜੀ ਕਿਦਾਂ ਮਤਲਬ ਲਵਾ ਲਈ? ਇੱਥੋਂ ਪੌੜੀ ਲਗਵਾ ਲਈ ਸੀ ਉੱਪਰ ਚੜ੍ਹਨ ਵਾਸਤੇ। ਮਤਲਬ ਗਲਤ ਗਲਤ ਕੰਮ ਕੀਤੇ ਜਾ ਰਹੇ ਕੰਮਾਂ ਵਾਸਤੇ। ਆ ਮੁੰਡਾ ਮੁੰਡਾ ਮਾਰਦਾ, ਉਹ ਸੁੱਟ ਤੋਂ ਹੋਈ ਦੇਖ ਲਓ। ਹਾਂ ਭਈਆ ਦੇ ਧਿਆਨ ਲਵਾਈਓ, ਆ ਬਾਬੇ ਆ ਦੇਖ, ਕਹਿੰਦੇ ਕੁਛ ਨਹੀਂ ਦੇਖਦਾ, ਆ ਦੇਖਦਾ ਨਹੀਂ, ਅੰਨੇ ਬਣਾਉਂਦੇ ਅਗਲੇ ਬੰਦੇ ਨੂੰ। ਹਾਂਜੀ ਬਾਬਾ ਜੀ, ਇਲਜ਼ਾਮ ਲਗਾ ਰਹੇ ਨੇ ਤੁਹਾਡੇ ਉੱਤੇ। ਜੀ ਆ ਗੱਲ ਆ, ਮੈਨੂੰ ਸਵੇਰੇ ਕੀਤਾ ਸੀ, ਮੈਂ ਕੀਤਾ ਸੀ ਗੁਰੂ ਨੂੰ ਫੋਨ, ਗੁਰਦੀ ਸੀਗੀ ਬਲੈਕ ਦੇ ਕਰੇ ਵਧਾਈ, ਠੀਕ ਆ। ਚਲੋ ਗੁਰੂ ਨੇ, ਮੈਂ ਪਹਿਲਾਂ ਗੁਰੂ ਨੂੰ ਫੋਨ ਕੀਤਾ ਸੀ, ਗੁਰੂ ਨੇ ਨਹੀਂ ਚੱਕਿਆ, ਤਾਂ ਗੁਰੂ ਨੇ ਫਿਰ ਫੋਨ ਚੱਕਿਆ, ਮੈਨੂੰ ਕਹਿੰਦੀ ਚੱਲ ਤੂੰ ਆ ਜਾ ਬੱਚਾ। ਮੈਂ ਆ ਕੇ, ਤੁਹਾਨੂੰ ਪਤਾ ਅੱਜ ਪੰਜਾਬ ਬੰਦ ਆ, ਟ੍ਰੈਫਿਕ ਬਹੁਤ ਲੱਗਾ ਹੋਇਆ ਰਾਮ ਮੰਡੀ, ਠੀਕ ਆ। ਤੇ ਮੈਂ ਇਹ ਮੈਂ ਮਤਲਬ ਕਿ ਮੇਰਾ ਡਰਾਈਵਰ ਹੀ ਆ, ਤੇ ਡਰਾਈਵਰ ਨਹੀਂ, ਜੋ ਮੈਨੂੰ ਕਹਿੰਦੀ ਸੀ ਉਹ ਕਹਿ ਕੀ ਕਿਹਾ, ਜੋ ਮੈਨੂੰ ਕਹਿੰਦੀ ਸੀ, ਮੈਨੂੰ ਬਿਆਨ ਦੇ ਦੇ, ਚੁੱਪ ਕਰ, ਜੋ ਮੈਨੂੰ ਕਹਿੰਦੀ ਸੀ ਉਹ ਕਹਿ। ਤੇ ਚਲੋ ਡਰਾਈਵਰ ਜੋ ਮਰਜ਼ੀ ਆ, ਠੀਕ ਆ, ਇਹਨਾਂ ਦੇ ਘਰ ਤਾਂ ਨਹੀਂ ਲੈ ਕੇ ਆਉਂਦੀ। ਬਾਕੀ ਮੈਂ ਲੇਟ ਹੋ ਮੈਂ ਫੋਨ ਕੀਤਾ ਉਹਨੂੰ, ਮੈਂ ਆਪਣੇ ਗੁਰਭਾਈ ਨੂੰ, ਉਹ ਮੇਰੇ ਗੁਰੂ ਦਾ ਚੇਲਾ, ਉਹ ਵੀ ਛੋਟਾ ਆ, ਮੈਂ ਵੱਡਾ ਆ। ਉਹ ਕਹਿੰਦੀ ਵੀ ਅਸੀਂ ਚਲੇ ਗਏ ਆ, ਤੇ ਮੈਂ ਕਿਹਾ ਮੈਂ ਚੱਲ ਜਾਵਾਂ ਇੱਥੋਂ, ਕਹਿੰਦੀ 10 ਮਿੰਟ ਇੱਥੇ ਬਹਿ ਜਾ, ਅਸੀਂ ਆਉਂਦੇ ਪਏ। ਮੈਂ ਬਹਿ ਗਈ, ਠੀਕ ਆ। ਇਹ ਆਈ ਉੱਤੇ ਆਂਟੀ, ਮੈਂ ਉਹਦਾ ਫੋਨ ਆਇਆ ਸੀ, ਉਹਦੇ ਉਹ ਮੇਰੇ ਭਰਾ ਦਾ, ਠੀਕ ਆ। ਤੇ ਮੈਂ ਲਾਇਆ ਸੀ ਅੰਦਰ ਫੋਨ ਚਾਰਜਰ, ਤੁਸੀਂ ਬਾਬਾ ਮੈਂ ਤੁਸੀਂ ਉਹ ਤੁਸੀਂ ਕਹਿੰਦੀ ਟੈਸਟ ਟੂਸਟ ਕਰਨ ਪਰਦੇ ਤੇ ਕਰਾ ਲਓ, ਬਾਕੀ ਕੀ ਕਹਿੰਦੇ ਆ ਆਈ ਉੱਤੇ ਜੇ ਸਾਨੂੰ ਸੈਕਸ ਕਰਦੇ ਹੁਣ ਦੇਖਦੀ ਸੀ ਤਾਂ ਸਾਡੀ ਵੀਡੀਓ ਬਣਾਉਂਦੀ, ਉਸ ਟਾਈਮ ਆ ਕੇ ਮੇਰੇ ਥੱਪੜ ਵੀ ਮਾਰ ਸਕਦੀ ਸੀ ਨਾ। ਇਹ ਕਹਿੰਦੀ ਆਵਾਜ਼ ਆਉਂਦੀ ਸੀ। ਚਲੋ ਮੈਂ ਇਹ ਕਹਿੰਦੀ ਹਾਂ, ਹੁਣ ਮੈਂ ਤੁਹਾਡੇ ਘਰੇ ਆਉਂਦੀ ਹਾਂ, ਜੇ ਮੈਂ ਤੁਹਾਡੇ ਘਰੇ ਆ ਕੇ ਜੋ ਗਲਤ ਕੰਮ ਕਰਦੀ ਹਾਂ ਮੈਨੂੰ ਉੱਚੀ ਉੱਚੀ ਆਵਾਜ਼ ਕੱਢਾਂਗੀ। ਦੱਸੋ ਇਹਨਾਂ ਦੇ ਘਰੇ ਜਾਂਦੀ ਮੈਂ ਗਲਤ ਕੰਮ ਕਰਦੀ ਹਾਂ, ਮੈਨੂੰ ਪਤਾ ਉਹਦੀ ਮੰਮੀ ਥੱਲੇ ਆ, ਤਾਂ ਮੈਂ ਐਡੀ ਐਡੀ ਉੱਚੀ ਆਵਾਜ਼ ਕਰਾਂਗੀ, ਮੈਂ ਕਹਾਂਗੀ ਨਾ ਹੌਲੀ 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 ਹੌਲੀ। ਇਹ ਕਹਿੰਦੀ ਪੌੜ, ਉਸ ਟਾਈਮ ਮੈਂ ਥੱਪੜ ਮਾਰਦੀ, ਅੱਗੇ ਵੀ ਮੈਂ ਆਉਂਦੀ ਹਾਂ। ਹੁਣ ਦੇਖੋ ਉਹ ਮੇਰਾ ਗੁਰੂ ਖੁਸਰਾ ਆ, ਖੁਸਰਾ ਨੇ ਆਉਣ ਤੇ ਇੱਥੇ ਕਿਹਨੇ ਆਉਣਾ ਆ ਦੱਸੋ? ਉਹ ਮੇਰਾ ਮਾਲਕ, ਮੈਨੂੰ ਕੱਟੇ, ਮੈਨੂੰ ਮਾਰੇ, ਜੋ ਮਰਜ਼ੀ ਕਰੇ, ਮੈਂ ਤਾਂ ਆਪਣੇ ਗੁਰੂ ਕੋਲ ਹੀ ਆਉਣਾ ਆ। ਪਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਹੰਤਾ ਦੇ ਨਾਲ ਮੁੰਡੇ ਵੀ ਕਾਫੀ ਜ਼ਿਆਦਾ ਮੁੰਡੇ ਵੀ ਆਉਂਦੇ ਆ। ਕੋਈ ਵੀ ਨਹੀਂ ਇੱਥੇ ਮੁੰਡਾ ਆ, ਕੋਈ ਵੀ ਨਹੀਂ। ਹਾਂ ਉਹ ਮੇਰੇ ਗੁਰਭਾਈ ਦਾ ਜਨਮ, ਮੇਰੇ ਉਹ ਗੁਰਭਾਈ ਦਾ ਜਨਮ ਦਿਨ ਸੀਗਾ, ਉਹ ਪਾਲਟੀ ਅਸੀਂ ਜ਼ਰੂਰ ਪਿੱਛੇ ਆ ਪਲਾਟ ਦੇ ਨਾਲ ਕੀਤੀ ਸੀ। ਕੋਈ ਮੁੰਡੇ ਨੇ ਖਾਪ ਨਹੀਂ ਪਾ, ਕਿਸੇ ਨੇ ਆਪਣੇ ਵਾਲੇ ਪੀ ਕੇ ਖਾ ਕੇ ਆਪਣੇ ਘਰੇ ਗਏ ਆਰਾਮ ਨਾਲ, ਠੀਕ ਆ। ਬਾਕੀ ਸਾਡੇ ਗਲਤ ਇਲਜ਼ਾਮ ਲਾ ਰਹੀ ਆ। ਹਾਂ ਜੇ ਅਗਰ ਇਹਨੇ ਸਾਨੂੰ ਦੇਖਿਆ, ਮੈਨੂੰ ਅਰਫ ਨੰਗੀ ਨੇ ਦੇਖਿਆ ਜਾਂ ਉਹਨੂੰ ਮੁੰਡੇ ਨੇ ਦੇਖਿਆ, ਇਹ ਸਾਡੇ ਥੱਪੜੀ ਮਾਰ ਸਕਦੇ ਉਸੇ ਟਾਈਮ ਵੀਡੀਓ ਬਣਾਉਂਦੀ, ਫੋਨ ਇਹਦੇ ਹੱਥ 'ਚ ਸੀਗਾ। ਇਹ ਨਾ ਜਦੋਂ ਮੈਂ ਪੌੜੀਆਂ ਚੜ੍ਹੀ ਆ, ਇਹਨੇ ਪੌੜੀਆਂ ਪੈਰਾਂ ਦੀ ਆਵਾਜ਼ ਸੁਣ ਕੇ ਨਾ ਇਹ ਉੱਥੋਂ ਨੱਠ ਕੇ ਇੱਥੇ ਆ ਗਈ ਫਟਾਫਟ। ਤੇ ਆ ਮੁੰਡਾ ਇੱਥੇ ਪਰਦੇ ਦੇ ਉੱਲੇ ਏਦਾਂ ਪਰਦੇ ਦੇ ਉੱਲੇ ਆਪਣਾ ਜੋ ਵੀ ਕਰ ਰਿਹਾ, ਠੀਕ ਆ। ਉਹ ਬੰਦਾ ਕਿੰਨੀ ਦੇਰ ਬਾਅਦ ਆਪਣੀ ਹਾਲਤ ਵਿੱਚ ਆਉਂਦਾ ਆ, ਠੀਕ ਆ। ਮੈਂ ਉਸ ਹਾਲਤ ਵਿੱਚ ਇਹਨੂੰ ਦੇਖਿਆ, ਠੀਕ ਆ। ਉਤੋਂ ਇਹਨੇ ਬਕਵਾਸ ਉਹ ਕੀਤੀ ਜਿਹੜੀ ਕਦੀ ਨਾ, ਉਤੋਂ ਬੈਠ ਤਾਂ ਕਹਿੰਦੀ ਮੈਂ ਕਹਿ ਨਹੀਂ ਸਕਦੀ, ਚਲੋ ਤੁਸੀਂ ਵੀ ਮੇਰੇ ਭਰਾ ਹੋ। ਕੀ ਨਾਮ ਆਪਣਾ? ਸਪਨਾ।
ਕੀ ਗੱਲ ਕੀ ਹੋਈ? ਗੱਲ ਕੁਛ ਨੀ, ਮੈਂ ਕਿਰਾਏ ਤੇ ਰੱਖੇ ਹੋਏ ਆ ਮਨਤਾ, ਉੱਪਰ ਗਲਤ ਕੰਮ ਕਰਦੇ ਪਏ ਸੀ। ਅੱਛਾ, ਮੈਂ ਜੋ ਕਿਹਾ ਤੇ ਜਿਹੜੀ ਉਹਨਾਂ ਦੀ ਗੁਰੂ ਆ ਉਹ ਉਲਟ ਮੈਨੂੰ ਪੈਣ ਡਈ ਹੋਈ। ਮੈਨੂੰ ਕਹਿੰਦੇ ਜੀ ਤੁਸੀਂ ਉੱਥੇ ਜਾ ਕੇ ਕਮਿਸ਼ਨਰ ਤੇ ਪੇਸ਼ ਹੋਵੋ, ਇੱਥੇ ਨੀ ਕਹਿੰਦੇ ਤੁਹਾਡਾ ਕੁਛ ਵੀ ਨਿਬੜਨਾ। ਅੱਛਾ, ਤੇ ਕਦੋਂ ਦੀ ਗੱਲ? ਕਦੋਂ ਦੀ? ਅੱਜ ਦੀ ਗੱਲ ਆ, ਹੁਣ ਦੀ, ਥੋੜੀ ਦੇਰ ਪਹਿਲਾਂ। ਤੇ ਜਦੋਂ ਤੁਸੀਂ ਇੱਥੇ ਉੱਪਰ ਪਹੁੰਚੇ ਕੀ ਦੇਖਿਆ? ਜਦੋਂ ਮੈਂ ਉੱਪਰ, ਮੈਂ ਇੱਥੇ ਥੱਲੇ ਖੜੀ ਆ, ਮੈਂ ਆਵਾਜ਼ਾਂ ਸੁਣੀਆਂ, ਮੈਂ ਪੌੜੀਆਂ 'ਚ ਚੜੀ, ਜਦੋਂ ਉਹਨੇ ਮੇਰੇ ਪੈਰਾਂ ਦੀ ਆਵਾਜ਼ ਸੁਣੀ ਨਾ ਤੇ ਉਹ ਨੱਠ ਕੇ ਬੈੱਡ ਦੇ ਉੱਪਰ ਨੂੰ ਚਲੀ ਗਈ, ਤੇ ਉਹ ਮੁੰਡਾ ਪਰਦੇ ਦੇ ਓਲੇ ਹੋ ਗਿਆ, ਪਰਦੇ ਦੇ ਨਾਲ ਹੋ ਕੇ ਉਹਨੇ ਗੰਦ ਮੰਦ ਸਾਰਾ ਪਰਦੇ ਦੇ ਨਾਲ ਸਾਫ਼ ਕੀਤਾ। ਠੀਕ, ਤੇ ਕੀ ਹੁਣ ਮੰਗ ਕੀ ਕਰਦੇ ਹੋ? ਮੰਗ ਕੁਛ ਨਹੀਂ ਕਰਦੀ, ਮੈਂ ਇਹਨੂੰ ਕਹਿੰਦੀ ਵੀ ਉਹ ਨਹੀਂ ਆਉਣੀ ਚਾਹੀਦੀ। ਇਹਨੇ ਮੇਰੇ ਵੱਲ ਪਹਿਲਾਂ 35,000 ਰੁਪਇਆ ਕੱਢਿਆ ਸੀ, ਹੁਣ ਮੇਰੇ ਵੱਲ 70,000-75,000 ਰੁਪਇਆ ਕੱਢਦੀ ਪਈ ਹੈ। ਠੀਕ ਆ, ਮੈਂ ਉਹ ਵੀ ਮੰਨ ਗਈ, ਮੈਂ ਕਿਹਾ ਦੇ ਦੂੰਗੀ। ਠੀਕ ਆ, ਹੁਣ ਮੈਨੂੰ ਕੀ ਕਹਿੰਦੀ ਆ ਕਿ ਅੱਜ ਪੈਸੇ ਸੁੱਟ ਤੇ ਮੈਂ ਅੱਜ ਖਾਲੀ ਕਰ ਦਿੰਦੀ। ਮੈਂ ਚੋਰੀਆਂ ਕਰਦੀ ਆ ਵੀ ਮੈਂ ਚੋਰੀਆਂ ਕਰਕੇ ਲਿਆ ਕੇ ਦੇਣੇ ਇਹਨੂੰ ਅੱਜ ਪੈਸੇ। ਤੇ ਅੱਜ ਦੇ ਕਰਕੇ ਸਾਰੇ ਵਿਵਾਦ ਹੋਇਆ ਜਾਂ ਪਹਿਲੇ ਵੀ ਕੋਈ ਲੜਾਈ ਝਗੜਾ ਸੀ? ਪਹਿਲਾਂ ਵੀ ਇੱਕ ਨਿਮੰਤ ਰੱਖਿਆ ਸੀ, ਉਹਨੇ ਇੱਥੋਂ ਪੌੜੀ ਲਵਾ ਲਈ ਸੀ। ਅੱਛਾ, ਪਹਿਲਾਂ ਵੀ ਹੋਇਆ ਹੈ, ਇੱਕ ਵਾਰੀ ਨਹੀਂ ਹੋਇਆ, ਬੜੀ ਵਾਰੀ ਹੋਇਆ। ਪੌੜੀ ਕਿਦਾਂ ਮਤਲਬ ਲਗਾ ਲਈ? ਇੱਥੋਂ ਪੌੜੀ ਲਗਵਾ ਲਈ ਸੀ ਉੱਪਰ ਚੜਨ ਵਾਸਤੇ। ਮਤਲਬ ਗਲਤ ਗਲਤ ਕੰਮ ਕੀਤੇ ਜਾ ਰਹੇ ਕੰਮਾਂ ਵਾਸਤੇ ਆ। ਠੀਕ ਹੈ, ਬਿਲਕੁਲ ਤਸਵੀਰਾਂ ਗੀਤਾ ਕਲੋਨੀ ਦੇ ਦਿਖਾ ਰਹੇ ਹਾਂ, ਜਿੱਥੇ ਇੱਕ ਘਰ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਪਵਾੜਾ ਪਿਆ ਸੀਗਾ। ਇੱਥੇ ਦੱਸਿਆ ਜਾ ਰਿਹਾ ਕਿ ਮਹੰਤ ਮੰਤਾ ਨੇ ਉੱਪਰ ਮੁੰਡੇ ਬੁਲਾਏ ਪਏ ਸੀਗੇ, ਜਦੋਂ ਇਹ ਸਾਰੇ ਗੱਲਬਾਤ ਜੋ ਇਹਨਾਂ ਦੇ ਇੱਥੇ ਰਹਿੰਦੇ ਨੇ ਜਿਨ੍ਹਾਂ ਦਾ ਮਕਾਨ ਆ ਉਹਨਾਂ ਨੂੰ ਪਤਾ ਲੱਗੀ, ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ। ਤਸਵੀਰਾਂ ਜਲੰਧਰ ਦੇ ਗੀਤਾ ਕਲੋਨੀ ਦੇ ਦਿਖਾ ਰਹੇ ਤੁਹਾਨੂੰ।
ਮਹੰਤ ਰਹਿੰਦੇ ਕਿਰਾਏ ਤੇ, ਉਹ ਕਹਿੰਦੇ ਕਿਰਾਏ ਤੇ ਇਹਨਾਂ ਦੀ ਕੋਈ ਮਹੰਤ ਨੀ ਆਣੇ ਚਾਹੀਦੇ ਹੈਗੇ। ਜਦੋਂ ਆਪਾਂ ਕਿਰਾਏ ਤੇ ਦਿੱਤਾ ਉਦੋਂ ਕੋਈ ਐਗਰੀਮੈਂਟ ਹੋਇਆ ਹੋਵੇ ਫਿਰ ਤਾਂ ਆਪਾਂ ਕਰਾਂਗੇ ਜੀ ਮੇਰਾ ਜੀ। ਪਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਇੱਕ ਇੱਕ ਮਹੰਤ ਦੇ ਨਾਲ ਚਾਰ ਚਾਰ ਮੁੰਡੇ ਆ ਰਹੇ ਕੋਈ ਗੱਲ? ਮੈਂ ਥੋੜੀ ਆ ਕੇ ਦੇਖ ਰਿਹਾ ਤੇ ਇਹਨਾਂ ਨੂੰ ਪਤਾ ਹੋਏਗਾ, ਇਹ ਆਪਣਾ ਦੱਸਣਗੇ ਵਿਚਾਰ ਕਿਹੜੇ ਬੰਦੇ ਆਏ ਆ ਕਿਹੜੇ ਨਹੀਂ ਆਏ। ਤੇ ਹੁਣ ਤੁਸੀਂ ਅੱਜ ਇੱਥੇ ਪਹੁੰਚੋ, ਕੋਈ ਲਿਖਤੀ ਕੰਪਲੇਂਟ ਆਈ ਤੁਹਾਨੂੰ? ਕੁਛ ਨਹੀਂ, ਮੇਰਾ ਵੀ ਹਲੇ ਤੱਕ ਇੱਥੇ ਇਹੋ ਜਿਹੀ ਚੀਜ਼ ਦਿਖੀ ਹੈਗੀ ਵੀ ਜੇ ਕੋਈ ਇੱਦਾਂ ਦੀ ਗੱਲ ਹੋਈ ਹੋਵੇ। ਠੀਕ ਹੈ, ਕੀ ਨਾਮ ਸਰ ਆਪਣਾ? ਇਹ ਐਸ ਐਸ ਸਤਪਾਲ ਸਿੰਘ ਭਾਰਗੋ ਕੈਂਪ ਥਾਣਾ ਡਿਊਟੀ ਆ।